ਲੱਤਾਂ ਠੱਕੀਆਂ ਹੁਣ ਖੁਸ਼ੀਆਂ ਨਾ ਰਹਿੰਦੀਆਂ ਡੱਕੀਆਂ ਉਹ ਗੱਲਾਂ ਹੋ ਗਈਆਂ ਪੱਕੀਆਂ ਠੱਕੀਆਂ ਹੁਣ ਖੁਸ਼ੀਆਂ ਨਾ ਰਹਿੰਦੀਆਂ ਡੱਕੀਆਂ ਬਣੂ ਪੂਰਾ ਚੁੱਕ ਹੁਣ ਸਾਡੇ ਯਾਰ ਦਾ ਮੋਚਨੇ ਨਾ ਮੁੱਛਾਂ ਫਿਰੂਗਾ ਸਵਾਰ ਦਾ ਨਾਈਟੀ 4.3 ਮਾਈ ਐਫਐਮ ਤੋਂ ਮੈਂ ਆਰਜੀ ਗੈਰੀ ਔਰ ਅੱਜ ਜਿਨ੍ਹਾਂ ਪਰਸਨੈਲਿਟੀਜ਼ ਦੇ ਨਾਲ ਆਪਾਂ ਮੁਲਾਕਾਤ ਕਰਨੀ ਹੈ ਮੈਂ ਡਾਈ ਹਾਰਡ ਫੈਨ ਹਾਂ ਉਹਨਾਂ ਦਾ ਔਰ ਉਹਨਾਂ ਪਰਸਨੈਲਿਟੀ ਨੇ ਸਿਨੇਮਾ ਦੇ ਵਿੱਚ ਬੈਂਚ ਮਾਰਕ ਸੈੱਟ ਕੀਤਾ ਮੈਂ ਗੱਲ ਕਰ ਰਿਹਾ ਬਿਨੂ ਢਿੱਲੋਂ ਭਾਜੀ ਦੀ ਔਰ ਸਰਗੁਣ ਮਹਿਤਾ ਮੈਮ ਦੀ ਵੈਲਕਮ ਟੂ ਮਾਈ ਫਿਲਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੈਰੀ ਕੀ ਹਾਲ ਚਾਲ ਆਲ ਵੈਲ ਵੀਰੇ ਤੁਸੀਂ ਸੁਣਾਓ ਕਿਦਾਂ ਗੈਰੀ ਬਹੁਤ ਵਧੀਆ ਬਹੁਤ ਵਧੀਆ ਕੀ ਹਾਲ ਚਾਲ ਠੀਕ ਠਾਕ ਹੋ ਮੈਮ ਬਹੁਤ ਵਧੀਆ ਅੱਛਾ ਪ੍ਰੋਮੋਸ਼ਨਸ ਕਿਹੋ ਜਿਹੀਆਂ ਚੱਲ ਰਹੀਆਂ ਮੈਂ ਦੇਖ ਰਿਹਾ ਕਾਫੀ ਟੈਂਸ ਹੋ ਰਿਹਾ ਪੂਰਾ ਕੈਂਟ ਐਕਚੁਅਲੀ ਹੈਕਟਿਕ ਚੱਲ ਰਿਹਾ ਜੀ ਜਦੋਂ ਰਿਜ਼ਲਟ ਆਉਣ ਵਾਲਾ ਹੁੰਦਾ ਨਾ ਫਿਰ ਜਦੋਂ ਦਾ ਭੱਜ ਦੌੜ ਜਿਆਦਾ ਕਰਦਾ ਅਸੀਂ ਪ੍ਰੋਡਕਟ ਬਹੁਤ ਸੋਹਣਾ ਬਣਾ ਲਿਆ ਹੋਇਆ ਕਾਲਾ ਸ਼ਾ ਕਾਲਾ ਜਿਹੜਾ 14th of February ਨੂੰ ਰਿਲੀਜ਼ ਹੋਣੀ ਹੈ ਜੀ ਤੇ ਫਿਰ ਉਹਦੇ ਕਰਕੇ ਜਿੰਨਾ ਚਿਰ ਮਾਰਕੀਟਿੰਗ ਨਾ ਹੋਵੇ ਫਿਰ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਪਾਰਟ ਬਹੁਤ ਜ਼ਰੂਰੀ ਹੈ ਨਹੀਂ ਤੁਹਾਡੇ ਪ੍ਰੋਡਕਟ ਬਾਰੇ ਨਹੀਂ ਪਤਾ ਹੀ ਲੱਗਦਾ ਅਵੇਅਰ ਨਹੀਂ ਹੁੰਦੇ ਸਾਰੇ ਫਿਰ ਉਹ ਅਵੇਅਰ ਕਰਨ ਲਈ ਅਸੀਂ ਸਾਰਾ ਇਹ ਕੰਪੇਨ ਕਰ ਰਹੇ ਹਾਂ ਸਾਰੇ ਭੱਜ ਨੱਠ ਕਰ ਅੱਛਾ ਬੀਨੂ ਭਾਜੀ ਕਾਲਾ ਸ਼ਾ ਕਾਲਾ ਵਿੱਚ ਕੀ ਇਹੋ ਜਿਹਾ ਲੱਗਿਆ ਪੈਸੇ ਵੀ ਲਾਤੇ ਮੇਨ ਲੀਡ ਤੇ ਵੀ ਆ ਗਏ ਤੁਸੀਂ ਤੁਸੀਂ ਇੱਥੇ ਹੀ ਸਮਝ ਲਓ ਵੀ ਜਦੋਂ ਕੋਈ ਬੰਦਾ ਜੇ ਕੋਈ ਐਕਟਰ ਪੈਸੇ ਲਾਉਣ ਨੂੰ ਤਿਆਰ ਹੋ ਜਾਏ ਕਿਸੇ ਪ੍ਰੋਡਕਟ ਦੇ ਉੱਤੇ ਉਹ ਪ੍ਰੋਡਕਟ ਕਿੱਦਾਂ ਦਾ ਹੋਊਗਾ ਸੁਣ ਨੂੰ ਤਾਂ ਜਦੋਂ ਸੁਣਿਆ ਸੀ ਪਹਿਲੀ ਵਾਰੀ ਅਸੀਂ ਰਾਜ਼ੀ ਹੋ ਗਏ ਸੀਗੇ ਵੀ ਹਾਂ ਇਹ ਪੈਸੇ ਵੀ ਅਸੀਂ ਲਾਉਣੇ ਫਿਲਮ ਵੀ ਆਪ ਹੀ ਕਰਨੀ ਹੈ ਸਾਰਿਆਂ ਨੇ ਰਲ ਕੇ ਸਰਗੁਣ ਜਿਹਦਾ ਵੀ ਸੇਮ ਹੀ ਹੈ ਸਰਗੁਣ ਤੁਸੀਂ ਦੱਸੋ ਜਦੋਂ ਤੁਹਾਨੂੰ ਪਹਿਲੀ ਵਾਰੀ ਸੁਣਿਆ ਸੀ ਤੁਸੀਂ ਉਹਦੀ ਮੰਨ ਗਏ ਸੀਗੇ ਬਿਲਕੁਲ ਸਰਗੁਣ ਜੀ ਬਹੁਤ ਸੋਹਣੀ ਫਿਲਮ ਹੈ ਐਕਚੁਅਲੀ ਥੋੜੇ ਜਿਹਾ ਡਿਫਰੈਂਟ ਕਨਸੈਪਟ ਲੈ ਕੇ ਆ ਰਿਹਾ ਹੈ ਨਾ ਇਹੋ ਜੀ ਗੱਲ ਸਾਡੇ ਇੱਥੇ ਚੱਲਦੀ ਤਾਂ ਰਹਿੰਦੀ ਆ ਬਟ ਕੋਈ ਇਹਦੇ ਬਾਰੇ ਅਜੇ ਤੱਕ ਫਿਲਮ ਨਹੀਂ ਬਣੀ ਇੰਨੇ ਗਾਣੇ ਬਣ ਚੁੱਕੇ ਨੇ ਹੈ ਨਾ ਇੰਨਾ ਵੱਡਾ ਫੋਕ ਸੌਂਗ ਕਾਲਾ ਸ਼ਾਹ ਕਾਲਾ ਇੰਨੀ ਵਾਰੀ ਰੀਕ੍ਰੀਏਟ ਵੀ ਹੋਇਆ ਬਟ ਕਦੇ ਫਿਲਮ ਨਹੀਂ ਬਣੀ ਤੇ ਬਿਨੂ ਜੀ ਇੰਨੇ ਸੋਹਣੇ ਲੱਗਦੇ ਕਾਲੇ ਬਣ ਕੇ ਅਸੀਂ ਆਹ ਫਿਲਮ ਤਾਂ ਬਣਦੀ ਬਣਦੀ ਆ ਅੱਛਾ ਮੈਮ ਕਾਮੇਡੀ ਟਾਈਮਿੰਗ ਦੀ ਪ੍ਰੈਪਰੇਸ਼ਨ ਕਿਹੋ ਜੀ ਰਹੀ ਕਿਉਂਕਿ ਬਿਨੂ ਭਾਜੀ ਆਪੋਜ਼ਿਟ ਉਹ ਸਭ ਤੋਂ ਜ਼ਿਆਦਾ ਟੈਨਸ਼ਨ ਸੀ ਮੈਂ ਉਹਨਾਂ ਨੂੰ ਤਾਂ ਇਹਨਾਂ ਨੂੰ ਆਈ ਥਿੰਕ ਉਹੀ ਕਹਿ ਰਹੀ ਸੀ ਕਿ ਇੰਨਾ ਮੈਨੂੰ ਇੱਦਾਂ ਦਾ ਲੱਗ ਰਿਹਾ ਸੀ ਉਹ ਸਕੂਲ ਕਲਾਸ 'ਚ ਬੱਚੇ ਨਹੀਂ ਹੁੰਦੇ ਸਾਰੇ ਪੇਪਰ ਪਿੱਛੇ ਇੱਕ ਬੈਕ ਬੈਂਚਰ ਬੈਠੇ ਹੋਏ ਕਿਉਂਕਿ ਆਹ ਸਾਰੇ ਮੰਜੇ ਹੋਏ ਖਿਲਾੜੀ ਆਹ ਵੀ BNG ਵੀ ਹਾਰਬੀ ਜੀ ਵੀ ਕਰਮਜੀਤ ਵੀ ਇਹਨਾਂ ਨੇ ਸੈੱਟ 'ਤੇ ਆਉਣਾ ਕੀ ਕਰਨਾ ਕੀ ਕਰਨਾ ਉਹ ਤੇ ਉੱਥੇ ਟੈਨਸ਼ਨ ਬੰਦੇ ਨੂੰ ਕਿ ਇਹਨਾਂ ਤੋਂ ਕਿਵੇਂ ਕਿਵੇਂ ਮੈਚ ਕਰੀਏ ਨਾ ਹੁਣ ਅੱਛਾ ਬਿਨੂ ਭਾਜੀ ਇੰਪਰੋਵਾਈਜ਼ ਔਨ ਦਾ ਸਪੌਟ ਬਹੁਤ ਛੇਤੀ ਕਰ ਲੈਂਦੇ ਆ ਨਾ ਉਹ ਤਾਂ ਕਰਦੇ ਹੀ ਆ ਰਹੇ ਨੇ ਦੇਰ ਇਜ਼ ਅ ਰੀਜ਼ਨ ਹੀ ਇਸ ਕਾਲਡ ਦ ਕਿੰਗ ਆਫ ਕਾਮੇਡੀ ਨਾ ਕੋਈ ਰੀਜ਼ਨ ਹੀ ਹੋਣਾ ਤੇ ਇੰਨੀ ਤਾਰੀਫ ਕਰਤੀ ਮੈਂ ਪਰ ਸਰਗੁਣ ਨੂੰ ਸਰਗੁਣ ਤੁਸੀਂ ਇੰਨਾ ਹੀ ਪੈਸੇ ਖਰਚ ਸੀ ਮੈਂ ਆ ਲਗਾ ਨਹੀਂ ਨਹੀਂ ਬਿਨੂ ਪਰ ਸਰਗੁਣ ਨੇ ਬਹੁਤ ਸੋਹਣਾ ਕੀਤਾ ਤੁਸੀਂ ਦੇਖੋਗੇ ਸਰਗੁਣ ਦਾ ਮੈਂ ਟ੍ਰੇਲਰ ਦੇਖਿਆ ਸੱਚੀ ਸਰਗੁਣ ਨੇ ਕਮਾਲ ਕਰ ਕਮਾਲ ਦੇਖੋਗੇ ਅੱਛਾ ਬਿਨੂ ਭਾਈ ਐਕਟਿੰਗ ਤਾਂ ਕਰਦੀ ਵਧੀਆ ਹੁੰਦੀ ਸੀ ਯਾਰੀ ਦੋਸਤੀ ਚ ਨੈਗੋਸ਼ੀਏਟ ਕਰ ਲੈਣੇ ਸਟਾਰਸ ਨਾਲ ਅੱਛਾ ਸਰਗੁਣ ਤੁਸੀਂ ਦੱਸੋ ਬੀਨੂ ਭਾਜੀ ਦੇ ਅੰਦਰ ਕਿਹੜੀ ਐਸੀ ਆਦਤ ਹੈ ਜੋ ਇਹਨਾਂ ਨੂੰ ਲੱਗਦਾ ਚੇਂਜ ਕਰਨੀ ਚਾਹੀਦੀ ਹੈ ਕਿਤੇ ਨਾ ਕਿਤੇ ਵੈਸੇ ਤਾਂ ਸਾਰੀਆਂ ਚੰਗੀਆਂ ਆਦਤਾਂ ਮੈਨੂੰ ਪਤਾ ਹੈ ਲੇਕਿਨ ਕੋਈ ਐਸੀ ਆਦਤ ਹੈ ਨਹੀਂ ਮੈਨੂੰ ਲੱਗਦਾ ਕਿ ਕਿਸੇ ਵੀ ਦੀ ਕੋਈ ਬੁਰੀ ਆਦਤ ਵੀ ਹੋਵੇ ਨਾ ਉਹ ਵੀ ਉਹਦੇ ਕੈਰੇਕਟਰ ਦਾ ਇੱਕ ਪਾਰਟ ਹੁੰਦੀ ਹੈ ਤੇ ਕੋਈ ਵੀ ਐਕਟਰ ਜੇ ਸਿਰਫ ਅੱਛਾ ਹੋਏ ਨਾ ਤਾਂ ਉਹ ਕਦੇ ਅੱਛਾ ਐਕਟਰ ਨਹੀਂ ਹੋ ਸਕਦਾ ਐਗਜੈਕਟਲੀ ਕਦੇ ਵੀ ਕੋਈ ਲੀਨੀਅਰ ਬੰਦਾ ਇੱਕ ਅੱਛਾ ਐਕਟਰ ਨਹੀਂ ਹੁੰਦਾ ਜਦੇ ਜਦੋਂ ਤੱਕ ਇੱਕ ਬੰਦੇ 'ਚ ਗ੍ਰੇ ਸ਼ੇਡ ਨਾ ਹੋਣ ਨਾ ਉਹ ਕਦੇ ਵੀ ਹਰ ਕੈਰੇਕਟਰ ਅੱਛੀ ਤਰ੍ਹਾਂ ਨਹੀਂ ਕਰ ਸਕਦਾ ਤੇ ਉਹਨਾਂ ਨੂੰ ਜਿਹੜੀ ਵੀ ਅੱਛੀ ਗੱਲ ਬੁਰੀ ਗੱਲ ਸਾਰੀਆਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਬਿਕੋਜ਼ ਉਹੀ ਕਦੇ ਨਾ ਕਦੇ ਯੂਜ਼ ਕਰਨਗੇ ਅੱਛਾ ਭਾਜੀ ਮੈਮ ਦੀ ਕੋਈ ਚੰਗੀ ਆਦਤ ਜੋ ਹਮੇਸ਼ਾ ਤੁਹਾਨੂੰ ਯਾਦ ਰਹਿੰਦੀ ਹੈ ਮੈਂ ਮੈਮ ਦੀ ਚੰਗੀ ਆਦਤ ਮੈਨੂੰ ਇਹ ਲੱਗਦੀ ਹੈ ਜੀ ਡੈਡੀਕੇਸ਼ਨ ਐਂਡ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਕਰਨਾ ਉਹ ਸਭ ਤੋਂ ਇਹੀ ਸਭ ਤੋਂ ਇੱਕ ਕਲਾਕਾਰ ਦੀ ਉਹੀ ਹੁੰਦੀ ਹੈ ਆਬਜ਼ਰਵੇਸ਼ਨ ਤੁਹਾਡੀਆਂ ਅੱਖਾਂ ਖੋਲ ਕੇ ਰੱਖਣਾ ਔਰ ਉਸੇ ਕਰੈਕਟਰ ਨੂੰ ਜਿੱਦਾਂ ਇਹਨਾਂ ਨੇ ਮੇਰੇ ਬਾਰੇ ਦੱਸਿਆ ਵੀ ਹਾਂ ਕਰੈਕਟਰ ਉਹੀ ਉਹ ਕਦੇ ਕੰਮ ਆਉਣ ਵਾਲੇ ਕਰੈਕਟਰ ਇਹਨਾਂ ਨੇ ਕਿੱਦਾਂ ਕਿੱਦਾਂ ਉਹ 'ਚ ਕਿਸੇ ਕਰੈਕਟਰ 'ਚ ਇਨੋਸੈਂਸ ਲਿਆਉਣੀ ਕਿਸੇ ਸ਼ਰਾਰਤੀ ਪਣਾ ਕਿਸੇ ਚੁਲਬੁਲਾ ਲੈ ਕੇ ਆਉਣਾ ਉਹ ਹੁੰਦਾ ਤਾਂ ਹਰੇਕ ਇਨਸਾਨ ਦੇ ਅੰਦਰ ਹੈ ਪਰ ਉਹਨੂੰ ਨਿਖਾਰਨਾ ਆਪਣੇ ਅੰਦਰੋਂ ਕੱਢ ਕੇ ਪਰਦੇ ਤੇ ਪੇਸ਼ ਕਰਨਾ ਉਹੀ ਕਲਾਕਾਰੀ ਹੁੰਦੀ ਹੈ ਪਰ ਉਹ ਇਹਨਾਂ ਦੀ ਡੈਡੀਕੇਸ਼ਨ ਤੇ ਇਮਾਨਦਾਰੀ ਇਸ ਫੀਲਡ ਦੇ ਨਾਲ ਜਿਹੜਾ ਇੱਕ ਕੁਛ ਕਰਕੇ ਹਾਂ ਵੀ ਕੁਛ ਕਰਨਾ ਇੱਕ ਇੱਕ ਅੰਦਰ ਪੋਟੈਂਸ਼ੀਅਲ ਹੁੰਦਾ ਇੱਕ ਹੁੰਦਾ ਵੀ ਇੱਕ ਫਿਲਮ ਉਹਨੂੰ ਟੇਕਨ ਫਾਰ ਗ੍ਰਾਂਟਡ ਲੈ ਲੈਣਾ ਫਿਲਮ ਮਿਲ ਗਈ ਹੁਣ ਠੀਕ ਹੈ ਗੋ ਫਾਰ ਦਾ ਨੈਕਸਟ ਵਨ ਐਗਜ਼ੈਕਟਲੀ ਅੱਗੇ ਕਿਹੜੀਆਂ ਫਿਲਮਾਂ ਹੋਣਗੀਆਂ ਤਾਂ ਉਹੀ ਮੈਂ ਗੱਲ ਕਰਦਾ ਆਲਵੇਜ਼ ਉਸੇ ਫਿਲਮ ਉੱਤੇ ਕਨਸੈਂਟਰੇਟ ਕਰਨਾ ਉਹਨੂੰ ਇਮਾਨਦਾਰੀ ਨਾਲ ਹੀ ਕਰਦਾ ਇਮਾਨਦਾਰੀ ਨਾਲ ਜੋ ਕਰਕੇ ਬੰਦਾ ਬਾਹਰ ਨਿਕਲਦਾ ਫਿਰ ਉਦੋਂ ਬਾਅਦ ਆਪ ਹੀ 10 ਫਿਲਮਾਂ ਤੁਹਾਡੇ ਪਿੱਛੇ ਤੁਰਦੀਆਂ ਨੇ ਇਹ ਉਹ 10 ਫਿਲਮਾਂ ਦੇ ਮਗਰ ਪਹਿਲਾਂ ਨਹੀਂ ਪੈਂਦੀ ਹਲੇ ਹੁਣੇ ਤਾਜ਼ੀ ਸੁਪਰ ਹਿੱਟ ਫਿਲਮ ਦਿੱਤੀ ਹੈ ਉਹ ਤਾਂ ਕਿਆ ਬਾਤ ਹੈ ਜੀ ਦੇਖੋ ਉਹ ਤਾਂ ਮਾਈਲਸਟੋਨ ਹੈ ਸਾਡੇ ਉਸ ਦਾ ਜੀ
ਕਿਸਮਤ ਫਿਲਮ ਤੇ ਵਿਲੱਖਣ ਕੁਛ ਕਹਿਣ ਦੀ ਕੋਸ਼ਿਸ਼ ਕੀਤੀ ਐਂਡ ਉਹ ਸਾਰੇ ਨੇ ਆਪਣੇ ਸਤਿਕਾਰੀ ਇੰਨਾ ਪਿਆਰ ਦਿੱਤਾ ਉਸ ਫਿਲਮ ਨੂੰ ਦੋਨਾਂ ਨੇ ਇੰਨਾ ਵਧੀਆ ਅਦਾਕਾਰੀ ਕੀਤੀ ਤੇ ਰੋਂਦੇ ਰੋਂਦੇ ਮੈਂ ਤਾਂ ਬਹੁਤ ਰੋਇਆ ਉਸ ਫਿਲਮ ਦੇ ਵਿੱਚ ਪਰ ਇਸ ਫਿਲਮ ਦੇ ਵਿੱਚ ਹੱਸਦੇ ਹੱਸਦੇ ਬਾਹਰ ਆਉਂਗੇ ਇਹ ਬਿਲਕੁਲ ਇਹ ਵੀ ਵਿਲੱਖਣ ਫਿਲਮ ਹੈ ਵਿਲੱਖਣ ਕਨਸੈਪਟ ਹੈ ਜਿੱਥੇ ਬੀਨੂ ਢਿੱਲੋਂ ਨਾਮ ਹੈ ਉੱਥੇ ਆਬਵੀਅਸ ਹੈ ਵਿਲੱਖਣ ਤਾਂ ਹੋਏਗੀ ਹੈ ਨਾ ਅੱਛਾ ਸਰਗੁਣ ਮੈਮ ਤੁਸੀਂ ਪਹਿਲਾਂ ਇਮੋਸ਼ਨਲ ਕੀਤਾ ਕਿਸਮਤ ਮੂਵੀ ਦੇ ਵਿੱਚ ਹੁਣ ਹਸਾਨ ਦੀ ਤਿਆਰੀ ਹੈ ਫੇਵਰਟ ਜਨਰ ਹੈ ਕਿਹੜਾ ਉਹਦਾ ਤੁਹਾਡਾ ਆਪਦਾ ਕਿਉਂਕਿ ਜ਼ਿਆਦਾ ਇਮੋਸ਼ਨਲ ਸੀਨ ਤੁਸੀਂ ਕੀਤੇ ਆ ਜਿੰਨੀਆਂ ਵੀ ਪਿੱਛੇ ਫਿਲਮਾਂ ਕੀਤੀਆਂ ਚਾਹੇ ਲਵ ਪੰਜਾਬ ਹੋਵੇ ਹੈ ਨਾ ਉਹਦਾ ਫੇਵਰਟ ਜਨਰ ਹੈ ਕਿਹੜਾ ਐਕਚੁਅਲੀ ਕਾਮੇਡੀ ਮੇਰੇ ਲਈ ਬਹੁਤ ਨਵਾਂ ਹੈ ਕਾਮੇਡੀ ਨਵਾਂ ਮਤਲਬ ਮੈਂ ਪਹਿਲਾਂ ਵੀ ਕਰ ਚੁੱਕੀ ਹਾਂ ਕਪਿਲ ਦੇ ਨਾਲ ਕਾਮੇਡੀ ਸਰਕਸ ਕਰਦੀ ਰਹੀ ਹਾਂ ਨਾ ਕਾਮੇਡੀ ਮੈਚ ਵਿੱਚ ਕਪਿਲ ਕਰਦੀ ਰਹੀ ਹਾਂ ਬਟ ਉੱਥੇ ਕੀ ਹੁੰਦਾ ਉੱਥੇ ਸਿਰਫ ਗਿਵ ਐਂਡ ਟੇਕ ਹੁੰਦਾ ਹੈ ਨਾ ਉੱਥੇ ਇੱਕ ਕਪਿਲ ਦੀ ਮੈਨੂੰ ਆਦਤ ਵੀ ਪੈ ਗਈ ਸੀ ਹੁਣ ਮੈਂ ਕਪਿਲ ਨਾਲ ਹੀ ਕਰਦੀ ਹਾਂ ਹੁਣ ਕਿਸੇ ਹੋਰ ਦੇ ਨਾਲ ਮੈਂ ਜਾਂਦੀ ਵੀ ਨਹੀਂ ਤੇ ਇੱਥੇ ਪਰ ਐਕਟਿੰਗ ਕਰਨਾ ਤੇ ਆਪਣੇ ਕੈਰੇਕਟਰ ਨੂੰ ਏਦਾਂ ਪੋਰਟਰੇ ਕਰਨਾ ਕਿ ਲੋਕਾਂ ਨੂੰ ਤੁਸੀਂ ਪੰਚ ਮਾਰੇ ਬਿਨਾਂ ਵੀ ਹਸਾ ਸਕੋ ਉਹ ਬਹੁਤ ਵੱਡੀ ਗੱਲ ਹੈਗੀ ਤੇ ਬਹੁਤ ਡਿਫਰੈਂਟ ਮੈਨੂੰ ਲੱਗਦਾ ਸਭ ਤੋਂ ਔਖਾ ਜੋਨਰ ਹੀ ਹਸਾਣਾ ਹੈ ਕਿਉਂਕਿ ਅੱਜ ਦੇ ਡੇਟ ਚ ਨਾ ਵਟਸਐਪ ਤੇ ਵੀ ਜੋਕ ਆਉਂਦੇ ਨੇ ਯੂਟਿਊਬ ਤੇ ਵੀ ਜੋਕ ਆਉਂਦੇ ਨੇ ਤੁਸੀਂ ਆਪਸ ਚ ਵੀ ਮਾਰਦੇ ਹੋ ਤੁਹਾਡੇ ਇੰਸਟਾਗ੍ਰਾਮ ਤੇ ਵੀ ਹੁੰਦੇ ਨੇ ਹੈ ਤੇ ਇੰਨੇ ਕਾਮੇਡੀ ਸ਼ੋਜ਼ ਹੈ ਫਿਰ ਵੀ ਕੁਝ ਨਵਾਂ ਲੈ ਕੇ ਆਉਣਾ ਤੇ ਲੋਕਾਂ ਨੂੰ ਹਸਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਸੱਚੀ ਕਹਿ ਰਹੀ ਹਾਂ ਤੇ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਨੇ ਤੇ ਸਾਨੂੰ ਹਸਾ ਰਹੇ ਨੇ ਡਿਊ ਕ੍ਰੈਡਿਟ ਹੈ ਨਾ ਤੇ ਮੈਨੂੰ ਆਹ ਜੋਨਰ ਬਹੁਤ ਡਿਫਿਕਲਟ ਲੱਗਦਾ ਜੈਨੂਇਨਲੀ ਡਿਫਿਕਲਟ ਲੱਗਦਾ ਮੈਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਤਾਂ ਇਸ ਕਰਕੇ ਸ਼ਾਇਦ ਮੈਨੂੰ ਉਹ ਜੋਨਰ ਜ਼ਿਆਦਾ ਠੀਕ ਲੱਗਦਾ ਕਿ ਠੀਕ ਹੈ ਯਾਰ ਉਹ ਮੈਂ ਬਹੁਤ ਕੀਤਾ ਹੋਇਆ ਬਿਲਕੁਲ ਉਹ ਪੂਰੇ ਐਕਚੁਅਲੀ ਟੀਵੀ ਇੰਡਸਟਰੀ ਚ ਹੁੰਦਾ ਹੀ ਇਮੋਸ਼ਨ ਹੈ ਉੱਥੇ ਕਾਮੇਡੀ ਨਹੀਂ ਹੁੰਦੀ ਉੱਥੇ ਹੁੰਦਾ ਹੀ ਇਮੋਸ਼ਨ ਹੈ ਤੇ ਮੈਂ ਉਸ ਚ ਨਾਪ ਤੋਲ ਪਾ ਲਿਆ ਥੋੜਾ ਜਿਹਾ ਇੱਥੇ ਟਾਈਮ ਲੱਗੂਗਾ ਓਕੇ ਅੱਛਾ ਭਾਜੀ ਫ੍ਰੀ ਟਾਈਮ ਕਿਹੜਾ ਗਾਣਾ ਗੁਣਗੁਣਾਉਂਦੇ ਹੋ ਜ਼ਿਆਦਾਤਰ ਰੇਡੀਓ ਤੇ ਜਦੋਂ ਜਾਣੇ ਇੱਕ ਮਿੰਟ ਬੋਲਣਾ ਉਸ ਤੋਂ ਬਾਅਦ ਗਾਣਾ ਚਲਾ ਜਾਂਦਾ ਘਰ ਨੂੰ ਤੁਹਾਡੇ ਨਾਲ ਕਦੇ ਏਦਾਂ ਬਹੁਤ ਹੋਇਆ ਜਦੋਂ ਕਿਸੇ ਮਹਿਫਲ ਚ ਜਾਓ ਤਾਂ ਸਾਰੇ ਜਾਣੇ ਕਹਿੰਦੇ ਨੇ ਜਦੋਂ ਸਪੈਸ਼ਲੀ ਸਾਰੇ ਸਾਰੀਆਂ ਨਿਗਾਹ ਤੁਹਾਡੇ ਤੇ ਆ ਜਾਣ ਇੱਕ ਵਾਰੀ ਜਿਵੇਂ ਫਰੈਂਡ ਸਰਕਲ ਦੇ ਵਿੱਚ ਹੀ ਗਏ ਜਾਂ ਕਿਸੇ ਇਦਾਂ ਦੇ ਸੋਸਾਇਟੀ ਚ ਗਏ ਤੁਸੀਂ ਨਾਲ ਦੀ ਨਾਲ ਤੁਹਾਡੇ ਵੱਲ ਸਾਰੇ 80 ਲੋਕ 80 ਅੱਖਾਂ ਤੁਹਾਡੇ ਵੱਲ ਦੇਖਦੇ ਨਾਲ ਕਹਿੰਦੇ ਚੱਲ ਫਿਰ ਹੁਣ ਹਸਾ ਉਹਨੂੰ ਪਤਾ ਕੀ ਹਿਸਾਬ ਮੈਂ ਤਾਂ ਵੀ ਗੱਲ ਜਦੋਂ ਮਹਿਫਲ ਚ ਬੈਠੇ ਤਾਂ ਗੱਲਾਂ ਚੱਲਦੇ ਚੱਲਦੇ ਪਿੱਛੋਂ ਗੱਲਾਂ ਨਿਕਲਣੀਆਂ ਫਿਰ ਆਪਾਂ ਗੱਲ ਕਰ ਲਾਂਗੇ ਨਾ ਕਹਿੰਦੇ ਹਸਾ ਬਹੁਤ ਵਧੀਆ ਅੱਛਾ ਬਿੱਲੂ ਭਾਜੀ ਤੁਹਾਡਾ ਹਰ ਫਿਲਮ ਚ ਮਾੜੀ ਹੁੰਦੀ ਹੈ ਚੱਕਰ ਕੀ ਹੈ ਕਦੀ ਕੁੜੀ ਨੀ ਮਿਲਦੀ ਜੇ ਮਾੜੀ ਹੋਣ ਨਾਲ ਕਿਸੇ ਦੇ ਚਿਹਰੇ ਤੇ ਨਿਖਾਰ ਆਉਂਦਾ ਨਾ ਹਾਸੀ ਆਉਂਦੀ ਹੈ ਮੈਂ ਮਾੜਾ ਪੜ ਜਾਂਦਾ ਕੋਈ ਨਹੀਂ ਉਹ ਫਿਲਮ ਦੀ ਡਿਮਾਂਡ ਹੁੰਦੀ ਹੈ ਕੋਈ ਵੀ ਸਕ੍ਰਿਪਟ ਦੀ ਡਿਮਾਂਡ ਹੁੰਦੀ ਹੈ ਤੁਸੀਂ ਇਦਾਂ ਦਾ ਕਰੋ ਤਾਂ ਮੈਂ ਚੂਜ਼ ਹੀ ਉਦੋਂ ਨਹੀਂ ਕਰਦੇ ਐਕਚੁਅਲੀ ਸਿੰਫਤੀ ਲਾ ਲਓ ਜਾਂ ਉਹਦੇ ਨਾਲ ਕਿਸੇ ਕਰੈਕਟਰ ਨਾਲ ਸਿੰਫਤੀ ਜਾਂ ਤਾਂ ਉਹਦੇ ਹੀਰੋ ਨਾਲ ਸਿੰਫਤੀ ਉਦੋਂ ਆਉਂਦੀ ਹੈ ਜਦੋਂ ਉਹਦੇ ਨਾਲ ਸਾਰਾ ਕੁਛ ਮਾੜਾ ਹੋਊ ਸਾਰੇ ਲੋਕ ਉਹਦੇ ਅੰਗੇਜ਼ ਹੋਣਗੇ ਫਿਰ ਤੁਹਾਨੂੰ ਕਿਤੇ ਨਾਲ ਜਾ ਕੇ ਤੁਸੀਂ ਆਡੀਅੰਸ ਉਹਦੇ ਨਾਲ ਜੁੜਦੀ ਹੈ ਵੀ ਨਹੀਂ ਯਾਰ ਵਿਚਾਰੇ ਨਾਲ ਐਂ ਜਿਵੇਂ ਹੋ ਜਾਂਦਾ ਹੈ ਤਾਂ ਉਸ ਕਰਕੇ ਮੇਰੇ ਖਿਆਲ ਸਕ੍ਰਿਪਟ ਦਾ ਪਾਰਟ ਹੁੰਦਾ ਜੀ ਅੱਛਾ ਭਾਜੀ 14 ਫਰਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਮੈਂ ਉਮੀਦ ਕਰਦਾ ਸੁਪਰ ਡੁਪਰ ਹਿੱਟ ਜਾਵੇ ਬੜੇ ਇੰਟਰਵਿਊਸ ਕਹਿੰਦੇ ਆਪਾਂ ਫਿਲਮ ਦੇਖਣ ਜਾਵਾਂਗੇ ਤੁਸੀਂ ਫਿਲਮ ਦੇਖਣ ਜਾਇਓ ਮੈਂ ਕੈਮਰੇ ਤੇ ਕਹਿ ਰਿਹਾ ਰੇਡੀਓ ਤੇ ਕਹਿ ਰਿਹਾ ਮੈਂ ਫਿਲਮ ਜ਼ਰੂਰ ਦੇਖਣ ਜਾਵਾਂਗਾ ਸਾਰਿਆਂ ਨੂੰ ਬਸ ਇਹੀ ਬੇਨਤੀ ਕਰਦਾ ਜੀ 14 ਫਰਵਰੀ ਜਾਣ ਦੀ ਵੀਰਵਾਰ ਹੈ ਨਹੀਂ ਤਾਂ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੁੰਦੀ ਹੈ ਇੱਕ ਦਿਨ ਪਹਿਲਾਂ ਅਸੀਂ ਲੈ ਕੇ ਆ ਰਹੇ ਹਾਂ ਖਾਸ ਦਿਨ ਹੈ ਜਿਹੜਾ ਪਿਆਰ ਬਣਦੇ ਜਿਹੜੇ ਦਿਨ ਦੇ ਉੱਤੇ ਅਸੀਂ ਤੁਸੀਂ ਜੇ ਕਿਸੇ ਨਾਲ ਵੀ ਆਪਦਾ ਪਿਆਰ ਸਾਂਝਾ ਕਰਨਾ ਚਾਹੁੰਦੇ ਹੋ ਲਾਈਕ ਆਪਦੀ ਮਾਤਾ ਪਿਤਾ ਭੈਣ ਭਰਾ ਓਬਵੀਅਸਲੀ ਗਰਲਫ੍ਰੈਂਡ ਜਿਹਨੂੰ ਵੀ ਇਹ ਸਭ ਤੋਂ ਵੱਡਾ ਗਿਫਟ ਹੋਊਗਾ ਵੈਲੈਂਟਾਈਨਸ ਦੇ ਉੱਤੇ ਜਾ ਕੇ ਜੇ ਤੁਸੀਂ ਸਾਡੀ ਫਿਲਮ ਦਿਖਾਓਗੇ ਔਰ ਕਿਤੇ ਵੀ ਤੁਸੀਂ ਬਾਹਰ ਜਦੋਂ ਆਓਗੇ ਨਾ ਤੇ ਤੁਹਾਨੂੰ ਜਿਹਦੇ ਲਈ ਤੁਸੀਂ ਉਹ ਟਿਕਟ ਖਰੀਦੋਗੇ ਉਹਨੇ ਬਾਹਰ ਆ ਕੇ ਇੱਕੋ ਗੱਲ ਕਹਿਣਾ ਸਭ ਤੋਂ ਵਧੀਆ ਤਾਂ ਮੈਨੂੰ ਗਿਫਟ ਦਿੱਤਾ ਕਾਲਾ ਸ਼ਾਹ ਕਾਲਾ ਦਿਖਾ ਕੇ ਕੀ ਬਾਤ ਹੈ ਅੱਛਾ ਭਾਜੀ ਅੱਜ ਚਾਕਲੇਟ ਡੇ ਹੈ ਜੀ ਠੀਕ ਹੈ ਔਰ ਤੁਸੀਂ ਸੌਂਦੇ ਵੀ ਹੋ ਛੋਟੀ ਜਿਹੀ ਸਮਾਈਲ ਸਾਡੇ ਵੱਲ ਵੀਡੀਓ ਬੰਦ ਕਰੀਏ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਕਰਾਂਗੇ ਦੇਖਦੇ ਰਹੋ ਸੁਣਦੇ ਰਹੋ 94.3 ਐਫਐਮ ਚਲੋ ਅੱਜ ਕੁਝ ਅੱਛਾ ਸੁਣਦੇ ਹਾਂ ਥੈਂਕ ਯੂ ਵੱਜਣ ਗਿਆ ਮੇਰੇ ਵਿਆਹ ਤੇ